150 लाश पंजाब नूं आ चुकी आ, रोजाना 1-2 लाशां होर आउंदियां। किन्नियां औरतां विधवा हो चुकियां, मासूम पुछदे साडे बापू जी कित्थे आ, साडे पिता जी कित्थे आ, भैणां पुछदियां साडे भरा क्यों नहीं मुड़े, किन्ने ट्रैक्टर गुम आ, किन्ने लोकां नूं हजे पता नहीं लग रहा कित्थे आ। उहदी जिम्मेवार भाजपा सरकार आ। ਪਿੱਛੇ ਸਾਡੇ ਵਲੰਟੀਅਰ ਲੱਗਿਆ ਸਾਡੇ, ਉਹਨਾਂ ਨੇ ਦੱਸਿਆ ਵੀ ਕੋਈ ਭਾਜਪਾ ਦੇ ਗੁੰਡੇ ਅਸਲਾ ਲੈ ਕੇ ਆਏ ਸੀ, ਮਗਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਮੋੜਿਆ ਗਾ। ਇਹ ਸਾਰੇ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਇਸਤਕਾ ਕੀਤਾ ਜਾਊਗਾ ਜਿੰਨਾ ਚਿਰ ਇਹਨਾਂ ਦੀਆਂ ਵੋਟਾਂ ਚੱਲਦੀਆਂ, ਕਿਉਂਕਿ ਭਾਜਪਾ ਵਾਲਿਆਂ ਨੇ ਬਹੁਤ ਜ਼ਿਆਦਾ ਗੰਦ ਪਾਇਆ, ਫਿਰਕੂ ਏਜੰਡਾ ਲੈ ਕੇ ਆ ਗਏ ਆ, ਨਸਲੀ ਹਮਲਿਆਂ ਵਾਲਾ ਕੰਮ ਕਰਤਾ ਇਹਨਾਂ ਨੂੰ, ਲੋਕਾਂ ਨੂੰ ਪਾੜ ਕੇ ਉਹਨਾਂ 'ਤੇ ਹਮਲੇ ਕਰਨ ਵਾਲਾ। ਇਸ ਕਰਕੇ ਇਹਨਾਂ ਨੂੰ ਰੋਕਣ ਦੀ ਲੋੜ ਆ, ਇਹਦੇ ਕਰਕੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਲਗਾਤਾਰ ਇਸਤਕਾ ਕਰਾਂਗੇ ਇਹਨਾਂ ਦਾ ਵਿਰੋਧ। ਕਿਸੇ ਦੇ ਬੱਚੇ ਤੋਂ ਗਲਤੀ ਹੋ ਜਾਵੇ ਤਾਂ ਉਹਦਾ ਪਿਓ ਮੰਨ ਜਾਂਦਾ ਕਈ ਵਾਰੀ, ਜਾਂ ਕਿਸੇ ਦੇ ਬੰਦੇ ਤੋਂ ਗਲਤੀ ਹੋ ਜਾਵੇ ਬੀਬੀ ਮੰਨ ਜਾਂਦੀ ਆ, ਜਾਂ ਬੱਚੇ ਮੰਨ ਜਾਂਦੇ ਆ, ਜਾਂ ਕਈ ਵਾਰੀ ਇਉਂ ਵੀ ਹੁੰਦਾ ਵੀ ਯਾਰ ਹੁਣ ਪਤਨੀ ਤੋਂ ਗਲਤੀ ਹੋ ਗਈ ਤਾਂ ਉਹਦਾ ਪਤੀ ਮੰਨੇ। ਇਸ ਤਰ੍ਹਾਂ ਇਹਦੇ ਕਰਕੇ ਇਹਦੇ ਪਤੀ ਨੇ ਤੇ ਪੁੱਤ ਨੇ ਹੱਥ ਜੋੜ ਕੇ ਗਲਤੀ ਮੰਨੀ ਵੀ ਗਲਤ ਹੋਇਆ। ਪ੍ਰਾਈਮ ਉੱਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤਸਵੀਰਾਂ ਤੁਹਾਨੂੰ ਕੋਟਕਪੁਰੇ ਦਿਖਾ ਰਹੇ ਹਾਂ, ਜਿੱਥੇ ਇੱਕ ਸੁਨੀਤਾ ਗਰਗ ਜੋ ਜਨਰਲ ਸੈਕਟਰੀ ਹੈ ਪੰਜਾਬ ਦੇ ਬੀਜੇਪੀ ਦੇ, ਉਹਨਾਂ ਦੇ ਵਾਰਡ ਦੇ ਵਿੱਚ ਕਿਸਾਨਾਂ ਵੱਲੋਂ ਮੁਰਦਾਬਾਦ ਕੀਤੀ ਜਾਂਦੀ ਹੈ। ਕੀ ਮਾਮਲਾ ਸੀ, ਕਿਸਾਨਾਂ ਨਾਲ ਗੱਲਬਾਤ ਕਰਦੇ, ਕੀ ਮਾਮਲਾ, ਅੱਜ ਕਿਸ ਗੱਲ ਨੂੰ ਲੈ ਕੇ ਤੁਸੀਂ ਮੁਰਦਾਬਾਦ ਕਰ ਰਹੇ ਹੋ? ਅਸੀਂ ਜਿਹੜਾ ਇਹ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਵਾਲੇ ਜਾਂ ਹੋਰ ਪਾਰਟੀਆਂ ਵੀ ਆਪਣਾ ਪ੍ਰਚਾਰ ਕਰ ਰਹੀਆਂ, ਅਸੀਂ ਲੋਕਾਂ ਦੇ ਵਿੱਚ ਸੁਨੇਹਾ ਲੈ ਕੇ ਜਾ ਰਹੇ ਹਾਂ ਵੀ 73 ਸਾਲ ਹੋ ਗਏ ਆਪਾਂ ਵੋਟਾਂ ਪਾ ਰਹੇ ਹਾਂ, ਇਹਨਾਂ ਨੇ ਕੁਛ ਨਹੀਂ ਸਵਾਰਨਾ, ਆਪਦਾ ਲਾਮਬੰਦ ਹੋ ਕੇ ਇਹਨਾਂ ਸਰਕਾਰਾਂ ਦੇ ਏਜੰਡਿਆਂ ਨੂੰ ਸਮਝੋ ਅਤੇ ਲਾਮਬੰਦ ਹੋ ਕੇ ਲੜੋ। ਬਾਕੀ ਜੋ ਦਿੱਲੀ ਦੇ ਵਿੱਚ ਥੋੜ੍ਹਾ ਸੰਘਰਸ਼ ਚੱਲਦਾ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਆ। 150 ਲਾਸ਼ ਪੰਜਾਬ ਨੂੰ ਆ ਚੁੱਕੀ ਆ, ਰੋਜ਼ਾਨਾ 1-2 ਲਾਸ਼ਾਂ ਹੋਰ ਆਉਂਦੀਆਂ। ਕਿੰਨੀਆਂ ਔਰਤਾਂ ਵਿਧਵਾ ਹੋ ਚੁੱਕੀਆਂ, ਮਾਸੂਮ ਪੁੱਛਦੇ ਸਾਡੇ ਬਾਪੂ ਜੀ ਕਿੱਥੇ ਆ, ਸਾਡੇ ਪਿਤਾ ਜੀ ਕਿੱਥੇ ਆ, ਭੈਣਾਂ ਪੁੱਛਦੀਆਂ ਸਾਡੇ ਭਰਾ ਕਿਉਂ ਨਹੀਂ ਮੁੜੇ, ਕਿੰਨੇ ਟਰੈਕਟਰ ਗੁੰਮ ਆ, ਕਿੰਨੇ ਲੋਕਾਂ ਨੂੰ ਹਜੇ ਪਤਾ ਨਹੀਂ ਲੱਗ ਰਿਹਾ ਕਿੱਥੇ ਆ। ਉਹਦੀ ਜ਼ਿੰਮੇਵਾਰ ਭਾਜਪਾ ਸਰਕਾਰ ਆ। ਇਹ ਲੋਕਾਂ ਨੂੰ ਦੱਸਣ ਜਾ ਰਹੇ ਹਾਂ ਵੀ ਇਹਨਾਂ ਦਾ ਆਉਣ ਵਾਲਾ ਕੀ ਏਜੰਡਾ, ਤੁਹਾਡੇ ਚੁੱਲ੍ਹਿਆਂ ਨੂੰ ਕਿਵੇਂ ਠੰਡਾ ਕਰਨ ਜਾ ਰਹੇ ਆ। ਅਤੇ ਤੁਸੀਂ ਇਸ ਗੱਲ ਨੂੰ ਲੈ ਕੇ ਜਿਹੜਾ ਜੇ ਵੋਟਾਂ ਮੰਗਣ ਜਾਣਗੇ ਕਿ ਤੁਸੀਂ ਉੱਥੇ ਜਾ ਕੇ ਵੀ ਇਹਨਾਂ ਦਾ ਕੋਈ ਘਰਾਓ ਕਰੋਗੇ? ਬਿਲਕੁਲ, ਜਿੱਥੇ ਸਾਨੂੰ ਇਹ ਮਿਲਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਨੂੰ ਗਲੀਆਂ 'ਚ ਭਜਾਵਾਂਗੇ। ਇਸ ਮੌਕੇ ਸਾਡੇ ਨਿਸ਼ਾਨੇ 'ਤੇ ਭਾਜਪਾ ਸਰਕਾਰ ਆ, ਕਿਉਂਕਿ ਦੂਜੇ ਦੀਆਂ ਸਰਕਾਰਾਂ ਜਿਵੇਂ ਕਾਂਗਰਸ ਜਾਂ ਅਕਾਲੀ ਦਲ ਆ, ਸਾਡੀ ਇੱਥੋਂ ਪਰੋਖੇ ਉਹ ਵੀ ਨਹੀਂ, ਪਰ ਫਿਲਹਾਲ ਉਹ ਸਾਈਡ 'ਤੇ ਆ ਥੋੜ੍ਹਾ ਜਿਹਾ। ਅਸੀਂ ਨੀਤੀ ਉਹਨਾਂ ਦੀਆਂ ਨੰਗੀਆਂ ਕਰਦੇ ਰਹਾਂਗੇ ਨਾਲ ਨਾਲ। ਇਸ ਮੌਕੇ ਜਿਹੜਾ ਮੁੱਖ ਏਜੰਡਾ ਭਾਜਪਾ ਸਰਕਾਰ ਆ। ਫਿਲਹਾਲ ਸੁਨੀਤਾ ਗਰਗ ਦੇ ਵਾਰਡ ਦੇ ਵਿੱਚ ਤੁਸੀਂ ਇਹ ਮੁਰਦਾਬਾਦ ਕਰਦੇ ਪਏ ਹੋ, ਕੀ ਸਾਰੇ ਸ਼ਹਿਰ ਦੇ ਵਿੱਚ ਜਾਓਗੇ ਜਾਂ ਕਿਵੇਂ? ਹਾਂ ਬਿਲਕੁਲ ਜੀ, ਹਰ ਰੋਜ਼ ਅਸੀਂ ਨਵੇਂ ਵਾਰਡਾਂ ਜਾਇਆ ਕਰਾਂਗੇ, ਜਿੱਥੇ ਸਾਨੂੰ ਇਹ ਚੋਣ ਪ੍ਰਚਾਰ ਕਰਦੇ ਮਿਲਣਗੇ ਉਹਨਾਂ ਨੂੰ ਭਜਾਵਾਂਗੇ। ਉਹ ਸਾਡੇ ਨਾਲ ਜਸਪਾਲ ਲੰਗਲ ਵੀ ਜੁੜਿਆ ਜੋ ਜ਼ਿਲ੍ਹਾ ਪ੍ਰਧਾਨ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਕੀ ਇਹ ਰਾਊਂਡ ਸਾਰੇ ਸ਼ਹਿਰ ਦੇ ਵਿੱਚ ਕੱਢਿਆ ਜਾਊਗਾ? ਇਹ ਸਾਰੇ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਇਸਤਕਾ ਕੀਤਾ ਜਾਊਗਾ ਜਿੰਨਾ ਚਿਰ ਇਹਨਾਂ ਦੀਆਂ ਵੋਟਾਂ ਚੱਲਦੀਆਂ, ਕਿਉਂਕਿ ਭਾਜਪਾ ਵਾਲਿਆਂ ਨੇ ਬਹੁਤ ਜ਼ਿਆਦਾ ਗੰਦ ਪਾਇਆ, ਫਿਰਕੂ ਏਜੰਡਾ ਲੈ ਕੇ ਆ ਗਏ ਆ, ਨਸਲੀ ਹਮਲਿਆਂ ਵਾਲਾ ਕੰਮ ਕਰਤਾ ਇਹਨਾਂ ਨੂੰ, ਲੋਕਾਂ ਨੂੰ ਪਾੜ ਕੇ ਉਹਨਾਂ 'ਤੇ ਹਮਲੇ ਕਰਨ ਵਾਲਾ। ਇਸ ਕਰਕੇ ਇਹਨਾਂ ਨੂੰ ਰੋਕਣ ਦੀ ਲੋੜ ਆ, ਇਹਦੇ ਕਰਕੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਲਗਾਤਾਰ ਇਸਤਕਾ ਕਰਾਂਗੇ ਇਹਨਾਂ ਦਾ ਵਿਰੋਧ। ਤੁਸੀਂ ਕੱਲ੍ਹ ਤੁਹਾਡਾ ਪ੍ਰੋਟੈਸਟ ਕੀਤਾ ਗਿਆ ਸੀ, ਇਹਦੇ ਘਰ ਦਾ ਘਰਾਓ ਕੀਤਾ ਗਿਆ ਸੀਗਾ, ਕੀ ਉਹਦੇ 'ਚ ਤੁਹਾਡਾ ਕੀ ਬਣਿਆ? ਕੋਈ ਮਾਫ਼ੀ ਵਗੈਰਾ ਮੰਗੀ ਆ ਜਾਂ ਪੁਲਿਸ ਨੇ ਪਰਚਾ ਦਿੱਤਾ, ਕੀ ਹੋਇਆ? ਜੋ ਇਹਨਾਂ ਨੇ ਕੱਲ੍ਹ ਵਾਲੀ ਕਰਤੂਤ ਕੀਤੀ ਆ ਉਹ ਘਟੀਆ ਕਰਤੂਤ ਸੀਗੀ। ਮੈਡਮ ਨੇ ਆਪਦਾ ਮੋਬਾਈਲ ਦੇ ਕੇ ਸ਼ਰਾਰਤੀ ਅਨਸਰ ਨੂੰ ਸਾਡੇ ਕੈਂਪ ਦੇ ਵਿੱਚ, ਸਾਡੇ ਟੈਂਟ ਦੇ ਵਿੱਚ ਵਾੜਿਆ ਫੋਟੋ ਕਰਨ ਲਈ। ਜਦੋਂ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਡਮ ਨੇ ਮੋਬਾਈਲ ਫੜਿਆ, ਦਾਦਾ ਭੱਜ ਕੇ ਮੁੰਡੇ ਨੂੰ ਨਾਲ ਲੈ ਕੇ ਘਰੇ ਵੜੀ ਆ। ਇਸ ਕਰਕੇ ਉਹਦੇ ਵਿਰੋਧ ਵਿੱਚ ਅਸੀਂ ਇਹਨਾਂ ਦਾ ਗੇਟ ਘੇਰਿਆ ਸੀਗਾ, ਬੰਦ ਰੱਖਿਆ ਇਹਨਾਂ ਦਾ ਬਾਹਰ ਜਾਵਾਂ ਬਿਲਕੁਲ। ਰਾਤ ਨੂੰ ਕਾਫੀ ਹਨੇਰੇ 9 ਵਜੇ ਗੱਲ ਨਿਬੜੀ ਆ, ਜਿਹਦੇ ਕਰਕੇ ਮੈਡਮ ਇਕੱਲੀ ਨੇ ਨਹੀਂ ਇਹਦੇ ਸਾਰੇ ਪਰਿਵਾਰ ਨੂੰ ਮਾਫ਼ੀ ਮੰਗਣੀ ਪਈ ਆ। ਮਾਫ਼ੀ ਮੰਗੇ ਤੋਂ ਇਹਨਾਂ ਦਾ ਖੇੜਾ ਛੱਡਿਆ, ਅੱਗੇ ਤੋਂ ਇਹਦੇ ਇਸਤਕਾ ਦਾ ਨਹੀਂ ਹੋਊਗਾ, ਗਲਤੀ ਹੋ ਗਈ। ਜਿਹੜੀ ਮਾਫ਼ੀ ਮੰਗੀ ਗਈ ਉਹ ਜਨਤਕ ਮੰਗੀ ਗਈ ਹੈ ਤੁਹਾਡੇ ਬਾਹਰ ਆ ਕੇ? ਬਿਲਕੁਲ, ਉਹ ਜਨਤਕ ਮੰਗੀ ਆ, ਮਾਇਕ ਫੜਾ ਕੇ ਹੱਥ ਜੋੜਿਆ ਇਹਦੇ ਘਰ ਵਾਲੇ ਨੇ, ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਜੇ ਕਿਸੇ ਦੇ ਬੱਚੇ ਤੋਂ ਗਲਤੀ ਹੋ ਜਾਵੇ ਤਾਂ ਉਹਦਾ ਪਿਓ ਮੰਨ ਜਾਂਦਾ ਕਈ ਵਾਰੀ, ਜਾਂ ਕਿਸੇ ਦੇ ਬੰਦੇ ਤੋਂ ਗਲਤੀ ਹੋ ਜਾਵੇ ਬੀਬੀ ਮੰਨ ਜਾਂਦੀ ਆ, ਜਾਂ ਬੱਚੇ ਮੰਨ ਜਾਂਦੇ ਆ, ਜਾਂ ਕਈ ਵਾਰੀ ਇਉਂ ਵੀ ਹੁੰਦਾ ਵੀ ਯਾਰ ਹੁਣ ਪਤਨੀ ਤੋਂ ਗਲਤੀ ਹੋ ਗਈ ਤਾਂ ਉਹਦਾ ਪਤੀ ਮੰਨੇ। ਇਸ ਤਰ੍ਹਾਂ ਇਹਦੇ ਕਰਕੇ ਇਹਦੇ ਪਤੀ ਨੇ ਤੇ ਪੁੱਤ ਨੇ ਹੱਥ ਜੋੜ ਕੇ ਗਲਤੀ ਮੰਨੀ ਵੀ ਗਲਤ ਹੋਇਆ। ਇਹ ਹੁਣ ਤੁਸੀਂ ਜਿਹੜਾ ਪ੍ਰੋਟੈਸਟ ਜਿਹੜਾ ਤੁਸੀਂ ਹੁਣ ਕਰਦੇ ਪਏ ਹੋ, ਜਿਹੜੀ ਵਿਰੋਧਤਾ ਕਰਦੇ ਪਏ ਹੋ,
इलेक्शन तक ही रहूगी थोड़ी? ये बिल्कुल इलेक्शन तक जारी रहूगी, क्योंकि वोटां की फसल मन के उस बाद लोगों के कातल बन जाते हैं, हुण भी फिरकू झंडे लिया के लोगों को खराब कर रहे हैं। हुण तुसीं घर घर जाके भी समझाओगे लोगों जिथे जाके वोट मंगते हैं? बिल्कुल दसांगे, इन्हां दीआं जिहड़ीआं इस्तगां दीआं कालीआं करतूतां लोगों के सामने रखांगे, लोगों को कहांगे भी इन्हां तों बचो भरावो, आ हालत इन्हां ने साडे देश की कीती होई। सो इस जसपाल सिंह नंगल किसान यूनियन के प्रधान जिन्होंने कहा है कि असी लगातार जिहड़ा हैगा प्रोटेस्ट चालू रखांगे, और जिन्हां घरां दे विच सुनीता गर्ग वोट मंगूगी असी उन्हां नूं जाके उहदा घराओ करांगे, और लोगों को कहांगे कि इहनां दा बाईकाट करो। की कहना चाहुंदे हो? हाँ, हुण जिहड़ा इहनां दा ओह एजेंडा हुण भी लागू आ, मगर इहनां दे असला लैके बंदे आए आ। जदों इहदों साडे वर्कर ने दस्सा तां पुलिस ने पिछे मुड़े आ, इस्तगां दीआं करतूतां ते उतरे होए आ, हथियार लैके शरेआम आ कर रहे। तुहानूं हुण पता लग्गिआ सी इहदी जिम्मेवार इत्थों दा प्रशासन होऊगा, जां इह भाजपा वाले होणगे? साडे वलंटियरां ने बड़ी गौर रखी करके इस गल तों हमले तों अज बचे आ। तुहानूं हुण पता लग्गिआ जी असला लैके? साडे पिछों साडे वलंटियर लग्गिआ, साडे उहनां ने दस्सा वी कोई भाजपा दे गुंडे असला लैके आए सी, मगर पुलिस प्रशासन ने उहनां नूं मोड़िआ गा। तो कितना कितने किसानों नूं टारगेट जरूर किया जा रहा, इन्हां दे दसण दे मुताबिक कि बीजेपी के कुछ वर्कर जिहड़े हैगे, दसा जांदा है कि किसान जिहड़े हैगे उन्हां दे मगर हथियार लैके आए सीगे। तुहानूं दस दईए कि थोड़ी देर पहले इसे तरह ही सुखबीर बादल ते भी अज दसिया जांदा है कि उन्हां ते हमला होया सीगा, उस चीज़ नूं अज कितना कितने पुलिस जरूर मस्तैद होगी, पर किसान जिहड़े हैगे लगातार हैगा नारेबाजी कर रहे, मुर्दाबाज कर रहे हैं। सो इन्हां दा कहना कि जिन्हें तक इलेक्शन जोड़े है असं मुरदाबाद करते रहेंगे, और लोगों को कहेंगे कि इन्हों का बाईकाट किया जाए। मैं सुनील जैनल, प्राइम उदय, कोटकपुरा।